बरनाला शहर के सर्जन ने एक मिसाल पैदा करते अपनी टीम के साथ खुद बरनाला की झुग्गी झोपड़ियों में जाकर छोटे छोटे बच्चों का टीकाकरण किया और मुफ्त दवाइयां भी बांटी गई। राज्य सरकार की तरफ से पल्स पोलियो टीकाकरण, मुफ्त दवाइयां और सेहत सुरक्षा को लेकर मुहिम के तहत शहर शहर गांव गांव जाकर पल्स पोलियो की बूंदे टीकाकरण मुफ्त दवाइयां बांटी जाती हैं। इसी के तहत आज जिला बरनाला के सिविल सर्जन ने खुद बरनाला की झुग्गी झोपड़ियों में जाकर बच्चों का टीकाकरण किया, बूंदे प्लाई और मुफ्त दवाइयां बांटी। सिविल सर्जन ने बात करते बताया कि झुग्गी झोपड़ियों में रहने वाले परिवार स्वास्थ्य को लेकर अवेयर नहीं है, जिस वजह से इनको प्रॉपर सरकार द्वारा दी जाने वाली स्वास्थ्य सहूलतें नहीं मिल पाती। इसलिए आज हम शहरवासियों को मदद से इन झुग्गी झोपड़ियों में रहने वाले बच्चों का टीकाकरण किया है, जो विटामिनों की कमी को उनका पूरा करने की कोशिश की है, दवाइयां बांटी गई है और इनको अपने स्वास्थ्य के प्रति जानकारी दी है। एक बच्चों का जिहड़ा टीकाकरण प्रोग्राम हुंदा है, जिहदे च असीं बच्चों कुछ मारू बीमारियों तो टीके लाउने आ, और रूटीन दे विच सारे बच्चों नूं लगदे ने, साडियां टीमां जांदियां नेगियां। पर जो झुग्गियां झोपड़ियां दे विच सानूं इक क्रोनिक प्रॉब्लम आ रही सी कि रेजिस्टेंस आ रही सी, भी जदों कोई इंजैक्शन लगदा सी तां बच्चे नूं जिवें बुखार हो जाणा, जिहड़ा कि रूटीन इक फिनोमेना है, तां उह कोआपरेट नहीं सी सानूं कर रहे जो इत्थों दे बछिंदे है। ਤਾਂ ਮੈਨੂੰ ਪਤਾ ਲੱਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲੰਮ ਸੁਸਾਇਟੀ ਹੈ ਜਿਹੜੀ ਇੱਥੇ ਸਕੂਲ ਚਲਾ ਰਹੀ ਹੈ ਝੁੱਗੀ ਝੋਪੜੀਆਂ ਦੇ ਬੱਚਿਆਂ ਵਾਸਤੇ, ਤੇ ਅਸੀਂ ਜੋ ਉਹਨਾਂ ਦਾ ਵਿਸ਼ਵਾਸ ਝੁੱਗੀ ਝੋਪੜੀਆਂ ਦੇ ਵਿੱਚ ਬਣਿਆ ਹੋਇਆ ਸੀ, ਇੱਥੋਂ ਦੀ ਜਨਤਾ ਦੇ ਵਿੱਚ, ਇੱਥੋਂ ਦੇ ਵਸਨੀਕਾਂ ਦੇ ਵਿੱਚ, ਝੁੱਗੀ ਝੋਪੜੀਆਂ 'ਚ ਰਹਿਣ ਵਾਲੇ ਗਰੀਬਾਂ ਦੇ ਵਿੱਚ, ਅਸੀਂ ਸਿਰਫ ਉਹਨੂੰ ਯੂਜ ਕਰਨ ਲਈ, ਉਹਨੂੰ ਵਰਤਣ ਲਈ ਅਸੀਂ ਉਹਨਾਂ ਨੂੰ ਬੇਨਤੀ ਕੀਤੀ। ਉਹਨਾਂ ਦੇ ਜੋ ਪ੍ਰਧਾਨ ਨੇ ਜੱਸੀ ਪੇਧਨੀ ਜੀ, ਉਹਨਾਂ ਨੂੰ ਬੇਨਤੀ ਕੀਤੀ ਤੇ ਮੈਨੂੰ ਖੁਸ਼ੀ ਹੈ ਕਿ ਉਹਨਾਂ ਨੂੰ ਸਾਨੂੰ ਪੂਰਾ ਸਹਿਯੋਗ ਦਿੱਤਾ, ਤੇ ਅੱਜ ਅਸੀਂ ਤਕਰੀਬਨ 50 ਬੱਚਿਆਂ ਦੇ ਇੱਥੇ ਟੀਕਾਕਰਨ ਕੰਮ ਕਰਨ ਦੇ ਵਿੱਚ ਕਾਮਯਾਬ ਹੋਇਆ। ਉਹਨਾਂ ਦੀ ਨਿਗਾਹ ਵਾਸਤੇ ਜੋ ਵਿਟਾਮਿਨ ਏ ਦੀਆਂ ਡੋਜ਼ ਹੁੰਦੀਆਂ ਨੇ, ਅਸੀਂ ਉਹ ਵੀ ਕਾਫੀ ਪਿਲਾਈਆਂ ਨੇਗੀਆਂ, ਤੇ ਮੈਨੂੰ ਆਸਾ ਅਸੀਂ ਇਹਨੂੰ ਰੈਗੂਲਰ ਦੇ ਵਿੱਚ ਕਰਕੇ ਅਸੀਂ 100% ਕਵਰੇਜ ਹੈ ਜਿਹੜੀ ਝੁੱਗੀ ਝੋਪੜੀਆਂ 'ਚ ਰਹਿਣ ਵਾਲੇ ਬੱਚਿਆਂ ਦੀ ਤੇ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਨੇ ਉਹਨਾਂ ਦੀ ਕਰ ਪਾਵਾਂਗੇ। ਇਸ ਮੌਕੇ ਪਰ ਬਰਨਾਲਾ ਸ਼ਹਿਰ ਕੇ ਸਮਾਜ ਸੇਵੀ ਲੋਗੋਂ ਨੇ ਵੀ ਸਿਵਲ ਸਰਜਨ ਕੀ ਇਸ ਕਦਮ ਕੋ ਸਰਾਹਨਾ ਦੇਤੇ ਹੁਏ ਕਿਹਾ ਕਿ ਸਿਵਲ ਸਰਜਨ ਕੁਝ ਝੁੱਗੀ ਝੋਪੜੀ ਮੇ ਆਕਰ ਇਨ ਬੱਚੋਂ ਕੇ ਲਿਏ ਟੀਕਾਕਰਣ ਕਰ ਰਹੇ ਹੈ। ਯਹ ਵਾਕਈ ਕਾਬਿਲੇ ਤਾਰੀਫ ਹੈ। ਅਗਰ ਹਰ ਜਗ੍ਹਾ ਡਾਕਟਰੋਂ ਕੀ ਟੀਮ ਇਮਾਨਦਾਰੀ ਕੇ ਸਾਥ ਕਾਮ ਕਰੇ ਤੋ ਬੜੀ ਸੇ ਬੜੀ ਬਿਮਾਰੀਓਂ ਪਰ ਵੀ ਕਾਬੂ ਪਾਇਆ ਜਾ ਸਕਤਾ ਹੈ। ਸਿਹਤ ਡਿਪਾਰਟਮੈਂਟ ਵੱਲੋਂ ਡਾਕਟਰ ਔਲਖ ਸਾਹਿਬ, SMO ਸਾਹਿਬ, ਜਿਨ੍ਹਾਂ ਨੂੰ ਬਹੁਤ ਵੱਡੇ ਵੱਡੇ ਸਨਮਾਨ ਅਵਾਰਡ ਮਿਲੇ ਹੋਏ ਨੇ, ਉਹ ਖੁਦ ਇੱਥੇ ਆ ਕੇ ਇਹਨਾਂ ਬੱਚਿਆਂ ਲਈ ਟੀਕੇ ਲਾ ਰਹੇ ਨੇ, ਇਹਨਾਂ ਦੀਆਂ ਸਮੱਸਿਆਵਾਂ ਜਾਣ ਰਹੇ ਨੇ ਸਿਹਤ ਪੱਖੋਂ। ਸੋ ਸਾਨੂੰ ਪੂਰੀ ਖੁਸ਼ੀ ਹੈ ਇਸ ਗੱਲ ਦੀ ਕਿ ਜਿਨ੍ਹਾਂ ਝੁੱਗੀਆਂ ਦੇ ਵਿੱਚ ਕੋਈ ਆਉਣਾ ਪਸੰਦ ਨਹੀਂ ਕਰਦਾ, ਅੱਜ ਮਾਣਯੋਗ SMO ਸਾਹਿਬ ਡਾਕਟਰ ਔਲਖ ਸਾਹਿਬ ਇੱਥੇ ਆਪ ਖੁਦ ਬਹਿ ਕੇ ਸਾਰੇ ਸਟਾਫ ਦੇ ਨਾਲ ਇਹਨਾਂ ਬੱਚਿਆਂ ਨੂੰ ਆਪ ਦੇਖ ਰੇਖ ਕਰਕੇ ਇਹਨਾਂ ਦੇ ਟੀਕੇ ਲਵਾ ਰਹੇ ਨੇ, ਤੇ ਇਹਨਾਂ ਦੀਆਂ ਜੋ ਪ੍ਰੋਬਲਮਾਂ ਨੇ ਵਿਚਾਰਿਆਂ ਦੀਆਂ, ਵੀਕਨੈਸ ਦੀਆਂ, ਹੋਰ ਉਹਨਾਂ ਲਈ ਸੁਝਾਅ ਵੀ ਨਾਲ ਦੀ ਨਾਲ ਇਹ ਸਟਾਫ ਨੂੰ ਦੇ ਰਹੇ ਨੇ। ਸੋ ਅੱਜ ਇਸ ਸਮਾਗਮ ਦੇ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਆਈਆਂ ਨੇ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ।
ਸੋ ਮੈਂ ਇਹੀ ਬੇਨਤੀ ਕਰਦਾ ਕਿ ਡਾਕਟਰ ਸਾਹਿਬ ਵਰਗੀਆਂ ਸ਼ਖਸੀਅਤਾਂ ਜਿਹੜੀਆਂ ਜੇ ਸਾਰੇ ਪੰਜਾਬ ਵਿੱਚ ਗਰੀਬਾਂ ਦਾ ਧਿਆਨ ਰੱਖਣ, ਗਰੀਬ ਬੱਚਿਆਂ ਦਾ ਖਾਸ ਕਰਕੇ, ਤਾਂ ਪੰਜਾਬ ਦੇ ਵਿੱਚ ਦਿਨਾਂ ਦੇ ਵਿੱਚ ਹੀ ਇਹ ਜਿਹੜਾ ਗਰੀਬਾਂ ਦੇ ਬੱਚਿਆਂ ਦੀ ਸਿਹਤ ਵਿੱਚ ਬਹੁਤ ਵੱਡਾ ਸੁਧਾਰ ਹੋ ਸਕਦਾ। ਇਹ ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਦੀਆਂ ਸਮੱਸਿਆਵਾਂ ਨੇ ਜਿਹੜੀਆਂ, ਉਹਨਾਂ ਨੂੰ ਸਿਹਤ ਵਿਭਾਗ ਦੇ ਜਿਹੜੇ ਬਾਕੀ ਡਾਕਟਰ ਸਾਹਿਬਾਨ ਨੇ ਉਹ ਵੀ ਡਾਕਟਰ ਔਲਖ ਸਾਹਿਬ ਵਾਂਗਰਾਂ ਕੋਈ ਹਿੰਮਤ ਕਰਨ ਤਾਂ ਬਹੁਤ ਵਧੀਆ ਰਿਜ਼ਲਟ ਨਿਕਲ ਸਕਦੇ ਜੀ। ਸਾਡੇ ਸ਼ਹਿਰ ਦੇ ਬਹੁਤ ਹੀ ਉੱਦਮੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਔਲਖ ਸਾਹਿਬ, ਉਹਨਾਂ ਦੀ ਸਮੁੱਚੀ ਟੀਮ ਵੱਲੋਂ ਬੱਚਿਆਂ ਦਾ ਜਿਹੜਾ ਟੀਕਾਕਰਨ ਹੈ ਉਹ ਕੀਤਾ ਜਾ ਰਿਹਾ ਹੈ। ਬੜੀ ਖੁਸ਼ੀ ਦੀ ਗੱਲ ਹੈ ਕਿ ਡਾਕਟਰ ਸਾਹਿਬ ਇਸ ਲੈਵਲ ਤੱਕ ਆ ਕੇ ਗਰੀਬ ਬੱਚਿਆਂ ਲਈ ਉਪਰਾਲਾ ਕਰ ਰਹੇ ਨੇ। ਪਰੰਤੂ ਅੱਜ ਜਿਹੜੀ ਗੱਲ ਵਿਚਾਰਨ ਵਾਲੀ ਹੈ, ਅੱਜ ਦੇਸ਼ ਵਿੱਚ ਬਜਟ ਆਇਆ ਹੈ, ਦੇਸ਼ ਦੇ ਫਾਈਨਾਂਸ ਮੰਤਰੀ ਅਰੁਣ ਜੇਤਲੀ ਜੀ ਨੇ ਬਜਟ ਦਿੱਤਾ ਹੈ, ਜਿੱਥੇ ਇਹ ਬਹੁਤ ਹੀ ਵਧੀਆ ਬਜਟ ਦਿੱਤਾ ਉਹਨਾਂ ਨੇ, ਕਿਸਾਨਾਂ ਨੂੰ ਉੱਪਰ ਚੱਕਣ ਲਈ, ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਬਹੁਤ ਵਧੀਆ ਉਪਰਾਲਾ ਕੀਤਾ ਜੇਤਲੀ ਜੀ ਨੇ, ਮੋਦੀ ਜੀ ਨੇ। ਪਰੰਤੂ ਉੱਥੇ ਥੋੜ੍ਹਾ ਨੂੰ ਚਾਹੀਦਾ ਹੈ ਕਿ ਸਰਕਾਰ ਇਹਨਾਂ ਦੇ ਪੜ੍ਹਾਈ ਲਈ ਕੋਈ ਨਾ ਕੋਈ ਕੋਸ਼ਿਸ਼ ਜ਼ਰੂਰ ਕਰੇ। ਇਹਨਾਂ ਲਈ ਜਿਹੜੀ 12ਵੀਂ ਤੱਕ ਦੀ ਜਿਹੜੀ ਸਿੱਖਿਆ ਹੈ, ਜਿੱਥੇ ਕਿ ਉਹਨਾਂ ਨੂੰ ਮੁਫ਼ਤ ਖਾਣਾ ਦੇ ਰਹੇ ਨੇ, ਯੂਨੀਫਾਰਮਾਂ ਦੇ ਰਹੇ ਨੇ, ਕਿਤਾਬਾਂ ਦੇ ਰਹੇ ਨੇ, ਫੀਸਾਂ ਮਾਫ਼ ਕਰ ਰਹੇ ਨੇ ਅਤੇ ਹੋਰ ਰਿਜ਼ਰਵੇਸ਼ਨ ਦੇ ਰਹੇ ਨੇ, ਉਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਇਹ ਜ਼ਰੂਰੀ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਇਹਨਾਂ ਬੱਚਿਆਂ ਲਈ 12ਵੀਂ ਤੱਕ ਦੀ ਜਿਹੜੀ ਪੜ੍ਹਾਈ ਹੈ ਉਹ ਲਾਜ਼ਮੀ ਕਰੇ। ਜਿਹੜੇ ਗਰੀਬ ਆਪਣੇ ਬੱਚਿਆਂ ਨੂੰ ਨਾ ਪੜ੍ਹਾਉਣ, ਇਹੋ ਜਿਹਾ ਕਾਨੂੰਨ ਬਣਨਾ ਚਾਹੀਦਾ ਹੈ ਕਿ ਉਹਨਾਂ ਪ੍ਰਤੀ ਸਖਤੀ ਨਾਲ ਸਰਕਾਰ ਨੂੰ ਸਟੈਂਡ ਲੈਣਾ ਚਾਹੀਦਾ ਹੈ। ਔਰ ਜਿਹੜੀ ਦੇਸ਼ ਦੀ ਇੱਕ ਹੋਰ ਵੱਡੀ ਸਮੱਸਿਆ ਹੈ ਕਿ ਜਿਹੜੀ ਕੌੜੀ ਵੇਲ ਵਾਂਗ ਵੱਧ ਰਹੀ ਜਨਸੰਖਿਆ ਹੈ, ਅੱਜ 125 ਕਰੋੜ ਤੋਂ ਅਸੀਂ ਉੱਪਰ ਚਲੇ ਗਏ ਹਾਂ, ਉਹਨੂੰ ਵੀ ਕਾਬੂ ਕਰਨ ਲਈ ਵੀ ਬਜਟ ਵਿੱਚ ਕੁਝ ਤਰਮੀਮਾਂ ਹੋਣੀਆਂ ਚਾਹੀਦੀਆਂ ਸਨ।